लुधियाना दे मोती नगर हरिओम मंदिर च ब्राह्मण समाज विकास परिषद वालों 41वां राशन वंड समागम करवाया गया। इस मौके जरूरतमंद लोगों नूं राशन अते कंबल वंडे गए। इस मौके विजय शर्मा ने दस्या कि ब्राह्मण समाज विकास हर महीने राशन अते जरूरत सामग्री लोड़मंद लोगों नूं देंदे। हरिओम मंदिर वालों स्कूली बच्चियां लई पढ़ाई अते बेसहारा लई हमेशा खड़े होना प्राथमिकता रहिंदी है। उन्होंने कहा कि सानूं चाहिदा है कि गरीब इंसानां दी वध तों वध मदद कीती जानी चाहीदी है। मैं किरण शर्मा जनरल सैकटरी ब्राह्मण समाज विकास परिषद। अज असी इत्थे हरिओम मंदिर विच कट्ठे होए सी। हर पहले दी तरह हर महीने असी इत्थे लास्ट संडे नूं राशन डिस्ट्रीब्यूशन कैंप जिहड़ा ऑर्गेनाइज करते हैं। इहदे च जिहड़ियां जरूरतमंद लेडीज़ ने, विडो लेडीज़ जिहड़ियां ने जरूरतमंद, इन्हां नूं राशन वितरण कीता जांदा। और अज असी 41वां राशन डिस्ट्रीब्यूशन जिहड़ा है ਕੀਤਾ ਹੈਗਾ। ਇਹਦੇ 'ਚ ਬ੍ਰਾਹਮਣ ਸਮਾਜ ਵਿਕਾਸ ਪਰਿਸ਼ਦ ਦੇ ਜਿਹੜੇ ਮੈਂਬਰ ਨੇ ਉਹ ਸਾਡੇ ਨਾਲ ਐਸੋਸੀਏਟਡ ਨੇ। ਇਸ ਤੋਂ ਇਲਾਵਾ ਵੀ ਵਲੰਟੀਅਰ ਜਿਹੜੇ ਨੇ, ਕੋਈ ਵੀ ਜਿਹੜੇ ਸੇਵਾ ਭਾਵ ਨਾਲ ਕੰਮ ਕਰਨਾ ਚਾਹੁੰਦੇ ਨੇ ਸਾਡੇ ਨਾਲ ਐਸੋਸੀਏਟ ਹੋ ਸਕਦੇ ਨੇ। ਜਿਸ ਤਰ੍ਹਾਂ ਮੰਦਰ ਕਮੇਟੀ ਤੋਂ ਅਨਿਲ ਗੁਪਤਾ ਜੀ, ਰਾਜੀਵ ਟੰਡਨ ਜੀ, ਬ੍ਰਾਹਮਣ ਸਮਾਜ ਵਿਕਾਸ ਪਰਿਸ਼ਦ ਦੇ ਮੈਂਬਰਾਂ ਤੋਂ ਇਲਾਵਾ ਵੀ ਸਾਡੇ ਨਾਲ ਜਿਹੜੇ ਵਲੰਟੀਅਰ ਹੈਗੇ ਨੇ ਉਹ ਕਾਫੀ ਐਸੋਸੀਏਟਡ ਹੈਗੇ ਨੇ। ਮਨਮੋਹਨ ਕੱਦ ਜੀ ਹੈਗੇ ਨੇ। ਤੋ ਕੋਈ ਵੀ ਜਿਹੜਾ ਸੇਵਾ ਭਾਵ ਨਾਲ ਸਾਡੇ ਨਾਲ ਐਸੋਸੀਏਟ ਹੋਣਾ ਚਾਹੁੰਦਾ ਰਾਸ਼ਨ ਡਿਸਟ੍ਰੀਬਿਊਸ਼ਨ 'ਚ, ਹੋਰ ਵੀ ਅਸੀਂ ਸੇਵਾ ਦੇ ਕੰਮ ਕਰਦੇ ਹਾਂ, ਤੋ ਦੇ ਆਰ ਵੈਲਕਮ। ਅੱਜ ਅਸੀਂ ਨਾਲ ਰਾਸ਼ਨ ਡਿਸਟ੍ਰੀਬਿਊਸ਼ਨ ਦੇ ਨਾਲ ਕੰਬਲ ਵੀ ਵਿਤਰਨ ਕੀਤਾ ਹੈ। ਤੋ ਹੋਰ ਵੀ ਸੇਵਾ ਦੇ ਕੰਮ ਉਪਰਾਲਾ ਜਿਹੜਾ ਇਹ ਅਸੀਂ ਫਰਦਰ ਇਹ ਕੰਟੀਨਿਊ ਕਰਦੇ ਰਹਾਂਗੇ। ਇਹ ਸਾਰਾ ਹੀ ਜਿਹੜਾ ਉਪਰਾਲਾ ਹੈ ਇਹ ਅਸੀਂ ਜਿਹੜੇ ਮੈਂਬਰ ਸਾਡੇ ਨਾਲ ਐਸੋਸੀਏਟ ਨੇ ਅਸੀਂ ਇਹਨਾਂ ਦੇ ਵਿੱਚ ਹੀ ਕੰਟਰੀਬਿਊਟ ਕਰਕੇ ਅਤੇ ਸਾਰੇ ਇਹ ਉਪਰਾਲਾ ਕਰਦੇ ਹੈ। ਸੰਸਥਾ ਦੇ ਉੱਤੇ ਕੋਈ ਭਾਰ ਨਹੀਂ ਪਾਉਂਦੇ। ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਕਿ ਸੰਸਥਾ ਦੇ ਉੱਤੇ ਕੋਈ ਭਾਰ ਨਾ ਪਾਇਆ ਜਾਵੇ। ਥੈਂਕ ਯੂ। ਜੈ ਭਗਵਾਨ ਪਰਸ਼ੁਰਾਮ। ਆਜ ਸ਼੍ਰੀ ਹਰਿਓਮ ਮੰਦਿਰ ਮੇਂ 41ਵਾਂ ਰਾਸ਼ਨ ਵਿਤਰਣ ਸਮਾਰੋਹ ਕੀਆ ਗਿਆ, ਜਿਸਮੇਂ ਭਗਤ ਜੀ ਨੇ ਕੰਬਲ ਵੀ ਵਿਤਰਨ ਕੀਏ। ਜੋ ਵਿਧਵਾਏ ਔਰਤ ਥੀ, ਲੋੜਮੰਦ ਔਰਤ ਥੀ, ਉਨਕੋ ਕੰਬਲ ਔਰ ਰਾਸ਼ਨ ਵਿਤਰਨ ਕੀਆ ਗਿਆ। ਇਹ 41ਵਾਂ ਹਰ ਮਹੀਨੇ ਕੇ ਆਖਰੀ ਇਤਵਾਰ ਕੋ ਰਾਸ਼ਨ ਵਿਤਰਨ ਕੀਆ ਜਾਤਾ ਹੈ, ਜਿਸਮੇ ਬ੍ਰਾਹਮਣ ਵਿਕਾਸ ਪਰਿਸ਼ਦ ਕੇ ਜਿਤਨੇ ਵੀ ਸਦੱਸਯ ਹੈ ਔਰ ਸ਼੍ਰੀ ਹਰਿਓਮ ਮੰਦਿਰ ਕੇ ਪ੍ਰਧਾਨ ਅਨਿਲ ਗੁਪਤਾ ਜੀ, ਜਿਨਕਾ ਕਿ ਬਹੁਤ ਹੀ ਸਹਿਯੋਗ ਹੈ, ਉਹ ਵੀ ਪੂਰਾ ਸਹਿਯੋਗ ਕਰਦੇ ਹੈ। ਔਰ ਆਜ ਕੇ ਬਾਅਦ ਜੋ 2 ਤਾਰੀਖ ਆਏਗੀ, 2 ਦਸੰਬਰ ਕੋ ਅਖੰਡ ਪਾਠ ਰਾਮਾਇਣ ਕਾ ਭੋਗ ਡਾਲਾ ਜਾਏਗਾ। ਕਾਲੀ ਮਾਤਾ ਜੀ ਕੀ ਪ੍ਰਾਣ ਪ੍ਰਤਿਸ਼ਠਾ ਦਿਵਸ ਮਨਾਇਆ ਜਾਏਗਾ, ਜਿਸਮੇ ਭੋਗ ਕੇ ਬਾਅਦ ਮੇਂ ਰਾਮਾਇਣ ਕੇ ਅਖੰਡ ਪਾਠ ਕੇ ਭੋਗ ਕੇ ਬਾਅਦ ਮੇਂ ਲੰਗਰ ਵਿਤਰਨ ਕੀਆ ਜਾਏਗਾ। ਸੋ ਸਭੀ ਸੇ ਪ੍ਰਾਰਥਨਾ ਹੈ ਕਿ ਸਭੀ ਪ੍ਰਸਾਦ ਗ੍ਰਹਿਣ ਕਰਕੇ ਆਪਣੇ ਜੀਵਨ ਕੋ ਸਫਲ ਬਣਾਏ ਔਰ ਸਭੀ ਸ਼੍ਰੀ ਹਰਿਓਮ ਮੰਦਿਰ ਮੇਂ ਪਧਾਰੇ।